ਆਪਣੇ ਬੜਬੋਲੇਪਣ ਲਈ ਮਸ਼ਹੂਰ ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਉਹ ਤਾਜ਼ਾ ਵਿਵਾਦਿਤ ਬਿਆਨ ਤਾਂ ਤੁਸੀਂ ਸੁਣਿਆ ਹੋਣਾ, ਜਿੱਥੇ ਉਹ ਕਹਿ ਰਹੇ ਨੇ ਕਿ ਸ਼ਮਸ਼ਾਨ ਇੰਨੇ ਸੋਹਣੇ ਬਣਾ ਦਿਆਂਗੇ ਕਿ ਲੋਕਾਂ ਦਾ ਮਰਨ ਨੂੰ ਜੀ ਕਰਿਆ ਕਰੂਗਾ। ਹੁਣ ਰੱਬ ਜਾਣੇ ਇੱਥੇ ਬੋਲਣ ਲੱਗੇ ਰਾਜਾ ਵੜਿੰਗ ਕੀ ਸੋਚ ਰਹੇ ਸੀ, ਪਰ ਉਹਨਾਂ ਦੇ ਇਸ ਬਿਆਨ ਦੇ ਬਾਅਦ ਸਿਆਸੀ ਜਗਤ ਤੇ ਕਈ ਆਮ ਲੋਕਾਂ 'ਚ ਵੀ ਰਾਜਾ ਵੜਿੰਗ ਦੀ ਨਿੰਦਾ ਹੋ ਰਹੀ ਹੈ। ਇੱਥੇ ਰਾਜਾ ਵੜਿੰਗ ਦੇ ਸ਼ਮਸ਼ਾਨ ਵਾਲੇ ਬਿਆਨ ਤੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ ਕਿਹਾ ਕਿ ਰਾਜਾ ਵੜਿੰਗ ਦਾ ਇਹ ਬਿਆਨ ਉਹਨਾਂ ਦੀ ਮਾਨਸਿਕਤਾ ਦਰਸਾਉਂਦਾ ਹੈ। ਇਹ ਲੋਕਾਂ ਨੂੰ ਮਾਰ ਕੇ ਰਾਜੀ ਨੇ ਤੇ ਰਾਜਾ ਵੜਿੰਗ ਦੇ ਇਸ ਬਿਆਨ ਨੂੰ ਮਾਨ ਨੇ ਸ਼ਰਮਨਾਕ ਦੱਸਿਆ। ਬਹੁਤ ਹੀ ਦੁੱਖਦਾਇਕ ਤੇ ਸ਼ਰਮਨਾਕ ਬਿਆਨ ਹੈ ਕਿ ਲੋਕਾਂ ਵਾਸਤੇ ਸ਼ਮਸ਼ਾਨ ਘਾਟ ਇੰਨੇ ਵਧੀਆ ਬਣਾ ਦਾਂਗੇ, ਤੁਹਾਡਾ ਮਰਨ ਨੂੰ ਜੀ ਕਰੂਗਾ। ਇਸ ਤਰ੍ਹਾਂ ਦੇ ਲੋਕਾਂ ਨੂੰ ਜਿਹੜਾ ਉਹ ਵੋਟਾਂ ਪਾਉਣੀਆਂ ਚਾਹੀਦੀਆਂ ਨੇ। ਇਹ ਲੋਕਾਂ ਨੂੰ ਮਾਰ ਕੇ ਖੁਸ਼ ਨੇ। ਸੱਚੀ ਮੁੱਚੀ ਅਸਲੀ ਚਿਹਰਾ ਕਾਂਗਰਸ ਦਾ ਜਿਹੜਾ ਸਾਹਮਣੇ ਆਇਆ, ਠੀਕ ਹੈ ਨਾ, ਕਿ ਇੰਨੇ ਵਧੀਆ ਸ਼ਮਸ਼ਾਨ ਘਾਟ ਬਣਾ ਦਾਂਗੇ, ਤੁਹਾਡਾ ਮਰਨ ਨੂੰ ਜੀ ਕਰਿਆ ਕਰੂਗਾ। ਮਤਲਬ ਬਹੁਤ ਹੀ ਸ਼ਰਮਨਾਕ ਬਿਆਨ ਹੈ, ਸਖ਼ਤ ਸ਼ਬਦਾਂ 'ਚ ਨਿੰਦਾ ਕਰਦਾ ਮੈਂ। ਖੈਰ, ਭਗਵੰਤ ਮਾਨ ਲਹਿਰਾ ਗਾਗਾ ਪਹੁੰਚੇ ਸਨ, ਜਿੱਥੇ ਉਹਨਾਂ ਨੇ ਰਾਜਾ ਵੜਿੰਗ ਦੇ ਇਸ ਬਿਆਨ ਦੀ ਨਿੰਦਾ ਕੀਤੀ। ਕਾਬਲੇ ਗੌਰ ਹੈ ਕਿ ਰਾਜਾ ਵੜਿੰਗ ਆਪਣੇ ਅਟਪਟੇ ਬਿਆਨਾਂ ਕਰਕੇ ਅਤੇ ਬੜਬੋਲੇ ਰਵੱਈਏ ਕਰਕੇ ਅਕਸਰ ਹੀ ਵਿਵਾਦਾਂ 'ਚ ਘਿਰੇ ਰਹਿੰਦੇ ਨੇ, ਅਤੇ ਹੁਣ ਉਹਨਾਂ ਵਿਵਾਦਾਂ 'ਚ ਇੱਕ ਹੋਰ ਵਿਵਾਦ ਜੁੜ ਗਿਆ ਹੈ। ਲਹਿਰਾ ਗਾਗਾ ਤੋਂ ਅਨਿਲ ਜੈਨ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ? ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡ ਈ ਸਰਵਿਸਿਜ਼ ਨੂੰ 9563 9563 ਤੇ।